ਸਾਥੀਓ, ਮੇਰੇ ਚੈਨਲ ਕਮਾਲ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ। ਸਾਥੀਓ, ਆਪਾਂ ਕਰ ਰਹੇ ਹਾਂ ਜੁਲਾਈ ਮਹੀਨੇ ਦੀਆਂ ਜਿਹੜੀਆਂ ਕਰੰਟ ਅਫੇਅਰ, ਤੇ ਉਹ ਕਰੰਟ ਅਫੇਅਰ ਆਪਾਂ ਹੁਣ ਕਰਦੇ ਹਾਂ ਅਗਲੇ। ਤੇ ਨੰਬਰ 1 ਤੇ ਹੈਗਾ, ਵਿਚ ਡੇ ਇਜ਼ ਅਬਜ਼ਰਵਡ ਐਜ਼ ਕਾਰਗਿਲ ਵਿਜੇ ਦਿਵਸ ਇਨ ਇੰਡੀਆ। ਭਾਰਤ ਵਿੱਚ ਕਿਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ? ਇਸ ਦਾ ਉੱਤਰ ਹੈ 26 ਜੁਲਾਈ। ਕਾਰਗਿਲ ਵਿਜੇ ਦਿਵਸ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। 1999 ਵਿੱਚ ਕਾਰਗਿਲ ਸੰਘਰਸ਼ ਵਿੱਚ ਪਾਕਿਸਤਾਨ ਉੱਤੇ ਭਾਰਤੀ ਫੌਜ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ। ਇਸ ਦੀ 25ਵੀਂ ਵਰ੍ਹੇਗੰਢ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਯੁੱਧ ਸਮਾਰਕ ਤੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਲਦਾਖ ਦੇ ਦਰਾਸ ਸੈਕਟਰ ਦਾ ਦੌਰਾ ਕਰਦੇ ਹਨ। 8 ਮਈ ਤੋਂ 26 ਜੁਲਾਈ 1999 ਤੱਕ ਲੜੇ ਗਏ ਕਾਰਗਿਲ ਯੁੱਧ ਵਿੱਚ ਪਾਕਿਸਤਾਨੀ ਫੌਜਾਂ ਨੇ ਮੁਜਾਹਦੀਨ ਦੇ ਭੇਸ ਵਿੱਚ ਭਾਰਤੀ ਚੌਂਕੀਆਂ ਵਿੱਚ ਘੁਸਪੈਠ ਕਰਦੇ ਹੋਏ ਦੇਖਿਆ। ਭਾਰਤ ਦੇ ਆਪਰੇਸ਼ਨ ਵਿਜੇ ਨੇ ਸਫਲਤਾਪੂਰਵਕ ਉਹਨਾਂ ਨੂੰ ਬਾਹਰ ਕੱਢਿਆ। ਇਸ ਟਕਰਾਅ ਦਾ ਉਦੇਸ਼ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨਾ ਅਤੇ NH1A ਨੂੰ ਵਿਗਾੜਨਾ ਹੈ, ਜੋ ਕਿ ਭਾਰਤੀ ਫੌਜ ਲਈ ਇੱਕ ਮਹੱਤਵਪੂਰਨ ਸਪਲਾਈ ਮਾਰਗ ਹੈ। ਨੰਬਰ 2, ਵਿਚ ਕੰਟਰੀ ਹੋਸਟਸ 21 ਐਡੀਸ਼ਨ ਆਫ ਦਾ ਮਲਟੀਨੈਸ਼ਨਲ ਜੁਆਇੰਟ ਮਿਲਟਰੀ ਐਕਸਰਸਾਈਜ਼ ਖਾਨ ਕੁਐਸਟ 2024? ਕਿਹੜਾ ਦੇਸ਼ ਬਹੁਰਾਸ਼ਟਰੀ ਸੰਯੁਕਤ ਫੌਜੀ ਅਭਿਆਸ ਖਾਨ ਕੁਐਸਟ 2024 ਦੇ 21ਵੇਂ ਸੰਸਕਰਨ ਦੀ ਮੇਜ਼ਬਾਨੀ ਕਰਦਾ ਹੈ? ਤੇ ਇਸ ਦਾ ਉੱਤਰ ਹੈ ਮੰਗੋਲੀਆ। ਭਾਰਤੀ ਫੌਜ ਨੇ 27 ਜੁਲਾਈ ਤੋਂ 9 ਅਗਸਤ 2024 ਤੱਕ ਮੰਗੋਲੀਆ ਦੇ ਉਲਾਨ ਬਾਤਰ ਵਿੱਚ 21ਵੇਂ ਖਾਨ ਕੁਐਸਟ ਬਹੁਰਾਸ਼ਟਰੀ ਫੌਜੀ ਅਭਿਆਸ ਵਿੱਚ ਹਿੱਸਾ ਲਿਆ। US ਇੰਡੋ ਪੈਸੀਫਿਕ ਕਮਾਂਡ ਦੁਆਰਾ ਸਹਿ ਪ੍ਰਯੋਜਿਤ ਅਤੇ ਮੰਗੋਲੀਅਨ ਆਰਮਡ ਫੋਰਸਸ ਦੁਆਰਾ ਮੇਜ਼ਬਾਨੀ ਕੀਤੀ ਗਈ। ਖਾਨ ਕੁਐਸਟ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਸ਼ੁਰੂਆਤ ਕਰਦੀ ਹੈ। ਸ਼ੁਰੂਆਤੀ ਤੌਰ ਤੇ 2003 ਵਿੱਚ ਇੱਕ US ਮੰਗੋਲੀਆ ਦਵੱਲੀ ਅਭਿਆਸ 2008 ਵਿੱਚ ਬਹੁਪੱਖੀ ਬਣ ਗਿਆ। ਭਾਰਤੀ ਫੌਜ ਇੱਕ ਨਿਯਮਿਤ ਭਾਗੀਦਾਰੀ ਇਸ ਸਾਲ 40 ਜਵਾਨ ਭੇਜਦੀ ਹੈ, ਜਿਸ ਵਿੱਚ 3 ਮਹਿਲਾ ਸਿਪਾਹੀ ਸ਼ਾਮਲ ਹਨ। ਇਹ ਅਭਿਆਸ ਸ਼ਾਂਤੀ ਰੱਖੇ ਕਾਰਜਾਂ ਤੇ ਕੇਂਦਰਿਤ ਹੈ। ਭਵਿੱਖ ਦੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਲਈ ਹੁਨਰ ਨੂੰ ਵਧਾਉਣਾ ਹੈ। ਨੰਬਰ 3, ਰੀਸੈਂਟਲੀ ਵੇਅਰ ਵਾਜ਼ ਦਾ ਕੰਟਰੀ 5000th ਕਮਿਊਨਿਟੀ ਰੇਡੀਓ ਸਟੇਸ਼ਨ ਇਨੈਗੂਰੇਟਡ? ਹਾਲ ਹੀ ਵਿੱਚ ਦੇਸ਼ ਦੇ 500ਵੇਂ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ? ਇਸ ਦਾ ਉੱਤਰ ਹੈ ਆਈਜ਼ੋਲ। 25 ਜੁਲਾਈ 2024 ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ 10ਵੇਂ ਰਾਸ਼ਟਰੀ ਕਮਿਊਨਿਟੀ ਰੇਡੀਓ ਅਵਾਰਡ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਅਤੇ ਆਈਜ਼ੋਲ, ਮਿਜ਼ੋਰਮ ਅਤੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਵਿਖੇ ਭਾਰਤ ਦੇ 500ਵੇਂ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ। ਆਪਣਾ ਰੇਡੀਓ 90.0 FM ਨਾਮਕ ਇਹ ਮੌਸਮ ਦੇ ਅਪਡੇਟਸ, ਸਰਕਾਰੀ ਸਕੀਮਾਂ ਅਤੇ ਖੇਤੀਬਾੜੀ ਦੀ ਜਾਣਕਾਰੀ ਪ੍ਰਦਾਨ ਕਰੇਗਾ। ਕਮਿਊਨਿਟੀ ਰੇਡੀਓ ਜਨਤਕ ਅਤੇ ਵਪਾਰਕ ਰੇਡੀਓ ਦੇ ਉਲਟ ਘੱਟ ਪਾਵਰ ਸਟੇਸ਼ਨ ਹਨ, ਜੋ ਸਥਾਨਕ ਭਾਈਚਾਰੇ ਦੁਆਰਾ ਸਥਾਨਕ ਭਾਸ਼ਾਵਾਂ ਵਿੱਚ ਸੰਚਾਲਿਤ ਹੁੰਦੇ ਹਨ, ਜੋ ਪੋਸ਼ਣ ਅਤੇ
ਸਿਹਤ ਵਰਗੇ ਮੁੱਦਿਆਂ ਤੇ ਕੇਂਦਰਿਤ ਕਰਦੇ ਹਨ। ਇਹਨਾਂ ਨੂੰ ਵਿਦਿਅਕ ਸੰਸਥਾਵਾਂ, ਕਮਿਊਨਿਟੀ ਆਧਾਰਿਤ ਸੰਸਥਾਵਾਂ, ਰਜਿਸਟਰਡ ਸੁਸਾਇਟੀਆਂ ਅਤੇ ਟਰੱਸਟਾਂ ਦੁਆਰਾ ਸਥਾਪਿਤ ਕੀਤਾ ਜਾ ਸਕਦਾ ਹੈ। ਨੰਬਰ 4, ਰੀਸੈਂਟਲੀ ਵਿੱਚ ਸ਼ਿਪਯਾਰਡ ਹੈਜ਼ ਲਾਂਚਡ ਦਾ ਫਸਟ ਇੰਡੀਜੀਨੀਅਸਲੀ ਬਿਲਟ ਤਲਵਾਰ ਕਲਾਸ ਫ੍ਰੀਗੇਟ 3 ਪਟਹਾਲੀ ਵਿੱਚ ਕਿਸ ਸ਼ਿਪਯਾਰਡ ਨੇ ਪਹਿਲੀ ਸਵਦੇਸ਼ੀ ਨਿਰਮਿਤ ਤਲਵਾਰ ਕਲਾਸ ਫ੍ਰੀਗੇਟ 3 ਪੁੱਟ ਲਾਂਚ ਕੀਤੀ? ਇਸਦਾ ਉੱਤਰ ਹੈ ਗੋਆ ਸ਼ਿਪਯਾਰਡ ਲਿਮਟਿਡ GSL। ਗੋਆ ਸ਼ਿਪਯਾਰਡ ਲਿਮਟਿਡ ਨੇ ਪਹਿਲੀ ਸਵਦੇਸ਼ੀ ਨਿਰਮਿਤ ਤਲਵਾਰ ਕਲਾਸ ਫ੍ਰੀਗੇਟ 3 ਪੁੱਟ ਲਾਂਚ ਕੀਤੀ। 2016 ਦੇ ਭਾਰਤ ਰੂਸ ਸੌਦੇ ਦਾ ਹਿੱਸਾ 3-4 ਅਡਮਿਰਲ ਗਿਰ ਗੋਰੋ ਵਿੱਚ ਕਲਾਸ ਫ੍ਰੀਗੇਟਾਂ ਵਿੱਚੋਂ ਇੱਕ ਹੈ, ਜਿਸ ਵਿੱਚ 2 ਭਾਰਤ ਵਿੱਚ ਤਕਨਾਲੋਜੀ ਟਰਾਂਸਫਰ ਦੁਆਰਾ ਬਣਾਏ ਗਏ ਹਨ। ਭਾਰਤੀ ਜਲ ਸੈਨਾ ਪਹਿਲਾਂ ਹੀ ਇਸ ਸ਼੍ਰੇਣੀ ਦੇ 6 ਸੰਚਾਲਨ ਕਰ ਰਹੀ ਹੈ। INS 3 ਪੁੱਟ 124 ਮੀਟਰ ਲੰਬਾ ਅਤੇ 15.5 ਮੀਟਰ ਚੌੜਾ 4 ਗੈਸ ਟਰਬਾਈਨਾਂ ਦੁਆਰਾ ਸੰਚਾਲਿਤ ਹੈ, ਜੋ 3200 ਟਨ ਵਿਸਥਾਪਨ ਦੇ ਨਾਲ 24 ਨੋਟਸ ਦੀ ਗਤੀ ਤੱਕ ਪਹੁੰਚਦਾ ਹੈ। ਇਸ ਵਿੱਚ ਸਟੀਲਥ ਵਧਾਉਣ ਵਾਲੇ ਹਲ ਡਿਜ਼ਾਈਨ, ਉੱਨਤ ਹਥਿਆਰ ਅਤੇ ਸੈਂਸਰ, ਇੱਕ ਏਕੀਕ੍ਰਿਤ ਪਲੇਟਫਾਰਮ ਅਤੇ ਬ੍ਰਿਜ ਪ੍ਰਬੰਧਨ ਪ੍ਰਣਾਲੀ ਅਤੇ ਲੰਬਕਾਰੀ ਲਾਂਚ, ਲੰਬੀ ਦੂਰੀ ਦੀ ਸਤਹ ਤੋਂ ਹਵਾ ਵਿੱਚ ਮਾਰਨ ਕਰਨ ਵਾਲੀਆਂ ਮਿਜ਼ਾਈਲਾਂ ਦੇ ਨਾਲ ਇੱਕ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਸ਼ਾਮਲ ਹੈ। ਨੰਬਰ 5, ਵਟ ਇਜ਼ ਦਾ ਪ੍ਰਾਇਮਰੀ ਓਬਜੈਕਟਿਵ ਆਫ NPS ਵਾਤਸਲਿਆ ਸਕੀਮ ਰੀਸੈਂਟਲੀ ਸੀਨ ਇਨ ਨਿਊਜ਼? ਹਾਲ ਹੀ ਵਿੱਚ ਖਬਰਾਂ ਵਿੱਚ ਦੇਖੀ ਗਈ NPS ਵਾਤਸਲਿਆ ਯੋਜਨਾ ਦਾ ਮੁੱਖ ਉਦੇਸ਼ ਕੀ ਹੈ? ਤਾਂ ਇਸਦਾ ਉੱਤਰ ਹੈ ਟੂ ਹੈਲਪ ਪੇਰੈਂਟਸ ਐਂਡ ਗਾਰਡੀਅਨਸ ਪਲਾਨ ਫੋਰ ਦੇਅਰ ਚਿਲਡਰਨਸ ਫਿਊਚਰ ਫਾਈਨੈਂਸ਼ਲ ਨੀਡਸ। ਮਾਪਿਆਂ ਅਤੇ ਸਰਪ੍ਰਸਤਾਂ ਦੀ ਆਪਣੇ ਬੱਚਿਆਂ ਦੀਆਂ ਭਵਿੱਖ ਦੀਆਂ ਵਿੱਤੀ ਲੋੜਾਂ ਲਈ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਵਿੱਤ ਮੰਤਰੀ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਦੀਆਂ ਭਵਿੱਖ ਵਿੱਚ ਵਿੱਤੀ ਲੋੜਾਂ ਲਈ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਰਾਸ਼ਟਰੀ ਪੈਨਸ਼ਨ ਯੋਜਨਾ NPS ਦੇ ਤਹਿਤ ਇੱਕ ਨਵੀਂ ਸਕੀਮ NPS ਵਾਤਸਲਿਆ ਦੀ ਘੋਸ਼ਣਾ ਕੀਤੀ। ਮਾਪੇ ਆਪਣੇ ਨਾਬਾਲਗ ਬੱਚਿਆਂ ਲਈ ਇੱਕ ਖਾਤਾ ਖੋਲ੍ਹ ਸਕਦੇ ਹਨ। ਜਦੋਂ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਫੰਡ ਇਕੱਠੇ ਹੁੰਦੇ ਰਹਿੰਦੇ ਹਨ। ਬਾਲਗ ਹੋਣ 'ਤੇ ਰਕਮ ਇੱਕ ਮਿਆਰੀ NPS ਖਾਤੇ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਇੱਕ ਗੈਰ NPS ਯੋਜਨਾ ਵਿੱਚ ਵਿੱਤੀ ਬਦਲੀ ਜਾ ਸਕਦੀ ਹੈ। NPS ਇੱਕ ਸਵੈ ਇੱਛਤ ਰਿਟਾਇਰਮੈਂਟ ਸਕੀਮ ਵਿਅਕਤੀਆਂ ਨੂੰ ਨਿਯਮਿਤ ਯੋਗਦਾਨਾਂ ਰਾਹੀਂ ਇੱਕ ਰਿਟਾਇਰਮੈਂਟ ਕਾਰਪਸ ਬਣਾਉਣ ਯੋਗ ਬਣਾਉਂਦੀ ਹੈ। ਗੈਰ ਨਿਵਾਸੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ NPS ਰਵਾਇਤੀ ਸਥਿਰ ਆਮਦਨ ਵਿਕਲਪਾਂ ਨਾਲੋਂ ਸੁਭਾਵੀ ਤੌਰ 'ਤੇ ਉੱਚ ਰਿਟਰਨ ਦੀ ਪੇਸ਼ਕਸ਼ ਕਰਦੇ ਹੋਏ ਮਾਰਕੀਟ ਨਾਲ ਜੁੜੇ ਯੰਤਰਾਂ ਵਿੱਚ ਨਿਵੇਸ਼ ਕਰਦਾ ਹੈ। ਨੰਬਰ 6, ਰੀਸੈਂਟਲੀ ਵੇਰਵਾਜ ਦਾ 14th ਈਸਟ ਏਸ਼ੀਆ ਸਮਿਟ ਫੋਰਨ ਮਿਨਿਸਟਰ ਮੀਟਿੰਗ EASFMM ਹੈਲਡ। ਹਾਲ ਹੀ ਵਿੱਚ 14ਵੀਂ ਪੂਰਵੀ ਏਸ਼ੀਆ ਸਿਖਰ ਸੰਮੇਲਨ ਵਿਦੇਸ਼ ਮੰਤਰੀਆਂ ਦੀ ਮੀਟਿੰਗ EASFMM ਕਿੱਥੇ ਹੋਈ? ਇਸਦਾ ਉੱਤਰ ਹੈ ਵਿਐਂਟੇਨ
ਲਾਓ ਪੀਡੀਆਰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ 26 ਜੁਲਾਈ 2024 ਨੂੰ ਲਾਓ ਪੀਡੀਆਰ ਦੇ ਵਿਐਂਟਿਆਨ ਵਿੱਚ ਭਾਰਤ ਨਾਲ ਆਸੀਅਨ ਪੋਸਟ ਮਿਨਿਸਟਰੀਅਲ ਕਾਨਫਰੰਸ ਵਿੱਚ ਸ਼ਿਰਕਤ ਕੀਤੀ। 25 ਤੋਂ 27 ਜੁਲਾਈ ਤੱਕ ਉਹਨਾਂ ਦੀ 3 ਦਿਨਾ ਯਾਤਰਾ ਵਿੱਚ ਆਸੀਅਨ ਭਾਰਤ ਪੂਰਬੀ ਏਸ਼ੀਆ ਸੰਮੇਲਨ EAS ਵਿੱਚ ਭਾਗ ਲੈਣਾ ਸ਼ਾਮਲ ਹੈ ਅਤੇ ਆਸੀਅਨ ਖੇਤਰ ਫੋਰਮ ARF ਮੀਟਿੰਗਾਂ। ਆਸੀਅਨ ਦੇ ਚੇਅਰਮੈਨ ਵਜੋਂ ਲਾਓ ਪੀਡੀਆਰ ਦੇ ਇਨ੍ਹਾਂ ਸਮਾਗਮਾਂ ਦੀ ਮੇਜ਼ਬਾਨੀ ਕੀਤੀ। ਲਾਓ ਪੀਡੀਆਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਲੇ ਮੈਕਸੇ ਕੋਮਾਸਿਥ ਨੇ ਵੀ ਸ਼ਿਰਕਤ ਕੀਤੀ। ਕਾਨਫਰੰਸ ਵਿੱਚ 10 ਆਸੀਅਨ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਮੁਲਾਕਾਤ ਕੀਤੀ ਅਤੇ ਅਗਲੇ 5 ਸਾਲਾਂ ਵਿੱਚ ਆਸੀਅਨ ਭਾਰਤ ਵਿਆਪਕ ਰਣਨੀਤਿਕ ਭਾਈਵਾਲੀ CSP ਨੂੰ ਵਧਾਉਣ ਲਈ ਵਚਨਬੱਧਤਾ ਦੀ ਪੁਸ਼ਟੀ ਕੀਤੀ। ਨੰਬਰ 7, ਵਾਟ ਇਜ਼ ਦਾ ਗ੍ਰੀਨੀਅਮ ਰੀਸੈਂਟਲੀ ਮੈਂਸ਼ਨਡ ਇਨ ਨਿਊਜ਼। ਗ੍ਰੀਨੀਅਮ ਕੀ ਹੈ? ਹਾਲ ਹੀ ਵਿੱਚ ਖਬਰਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਤਾਂ ਇਸ ਦਾ ਉੱਤਰ ਹੈ ਦਾ ਸੇਵਿੰਗ ਇਸ਼ੂਅਰ ਆਫ ਏ ਗ੍ਰੀਨ ਬੌਂਡ ਰਿਲਾਈਜ਼ਸ ਔਨ ਦਾ ਐਸੋਸੀਏਟਡ ਕੂਪਨ ਪੇਮੈਂਟ। ਗ੍ਰੀਨ ਬਾਂਡ ਦੇ ਜਾਰੀ ਕਰਤਾ ਨੂੰ ਸੰਬੰਧਿਤ ਕੂਪਨ ਭੁਗਤਾਨ ਤੇ ਬੱਚਤ ਮਿਲਦੀ ਹੈ। ਮੁੱਖ ਆਰਥਿਕ ਸਲਾਹਕਾਰ ਨੇ ਨਿੱਜੀ ਨਿਵੇਸ਼ਕਾਂ ਨੂੰ ਟਿਕਾਊ ਨਿਵੇਸ਼ਾਂ ਨੂੰ ਤਰਜੀਹ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਭਾਰਤ ਦੇ ਸੈਵਰਨ ਗ੍ਰੀਨ ਬਾਂਡ ਪੇਸ਼ਕਸ਼ਾਂ ਤੋਂ ਘੱਟ ਗ੍ਰੀਨੀਅਮ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰੀਨੀਅਮ ਜਾਂ ਗ੍ਰੀਨ ਪ੍ਰੀਮੀਅਮ ਗ੍ਰੀਨ ਬ੍ਰਾਂਡਾਂ ਲਈ ਕੂਪਨ ਭੁਗਤਾਨਾਂ ਤੇ ਬੱਚਤ ਜਾਰੀ ਕਰਤਾਵਾਂ ਦੇ ਲਾਭਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਟਿਕਾਊ ਅਪੀਲ ਦੇ ਕਾਰਨ ਰਵਾਇਤੀ ਬਾਂਡਾਂ ਨਾਲੋਂ ਘੱਟ ਪੈਦਾਵਾਰ ਹੁੰਦੀ ਹੈ। ਗ੍ਰੀਨ ਬਾਂਡ ਨਵਿਆਉਣ ਊਰਜਾ, ਇਲੈਕਟ੍ਰਿਕ ਬੱਸਾਂ ਅਤੇ ਊਰਜਾ ਕੁਸ਼ਲਤਾ ਵਰਗੇ ਹਰੇ ਪ੍ਰੋਜੈਕਟਾਂ ਨੂੰ ਵਿੱਤ ਦਿੰਦੇ ਹਨ। ਇਹ ਬਾਂਡ ਸਥਿਰਤਾ ਲਾਭਾਂ ਲਈ ਘੱਟ ਰਿਟਰਨ ਸਵੀਕਾਰ ਕਰਨ ਲਈ ਤਿਆਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਜਿਸ ਨਾਲ ਭੌਤਿਕ ਅਤੇ ਵਿੱਤੀ ਜੋਖਮਾਂ ਦੋਵਾਂ ਨੂੰ ਘਟਾਉਂਦੇ ਹਨ। ਇਹ ਹਰੇ ਪ੍ਰੋਜੈਕਟਾਂ ਨੂੰ ਜਾਰੀ ਕਰਤਾਵਾਂ ਲਈ ਵਿੱਤੀ ਤੌਰ ਤੇ ਆਕਰਸ਼ਕ ਬਣਾਉਂਦਾ ਹੈ। ਰੀਸੈਂਟਲੀ ਰਿਸਰਚਰਸ ਹੈਵ ਸਪੋਟਡ ਮੈਗਨੈਟੋ ਫੋਸਲਸ ਇਨ ਵਿੱਚ ਰੀਜਨ ਆਫ ਇੰਡੀਆ। ਹਾਲ ਹੀ ਵਿੱਚ ਖੋਜਕਰਤਾਵਾਂ ਨੇ ਭਾਰਤ ਦੇ ਕਿਸ ਖੇਤਰ ਵਿੱਚ ਮੈਗਨੈਟੋ ਫੋਸਲ ਨੂੰ ਦੇਖਿਆ ਹੈ ਤੇ ਇਸ ਦਾ ਉੱਤਰ ਹੈ ਲਦਾਖ। ਖੋਜਕਰਤਾਵਾਂ ਨੇ ਲਦਾਖ ਭਾਰਤ ਵਿੱਚ ਚਟਾਨ ਵਾਰਨਿਸ਼ ਪਰਤਾਂ ਵਿੱਚ ਮੈਗਨੈਟੋ ਟੈਕਟਿਕ ਬੈਕਟੀਰੀਆ ਦੁਆਰਾ ਪੈਦਾ ਕੀਤੇ ਚੁੰਬਕੀ ਕਣਾਂ ਦੇ ਮੈਗਨੈਟੋ ਫੋਸਲ ਅਵਸ਼ੇਸ਼ਾਂ ਦੀ ਖੋਜ ਕੀਤੀ ਹੈ। ਇਹ ਪ੍ਰੋਕੈਰੀਓਟਿਕ ਜੀਵ ਧਰਤੀ ਦੇ ਚੁੰਬਕੀ ਖੇਤਰ ਨਾਲ ਮੇਲ ਖਾਂਦੇ ਹਨ ਅਤੇ ਤਾਜ਼ੇ ਪਾਣੀ ਅਤੇ ਸਮੁੰਦਰੀ ਨਿਵਾਸ ਸਥਾਨਾਂ ਵਿੱਚ ਪਾਏ ਜਾਂਦੇ ਹਨ। ਉਹ ਆਕਸੀਜਨ ਦੇ ਅਨੁਕੂਲ ਪੱਧਰਾਂ ਦਾ ਪਤਾ ਲਗਾਉਣ ਲਈ ਚੁੰਬਕੀ ਖੇਤਰ ਦੀ ਵਰਤੋਂ ਕਰਦੇ ਹਨ। ਬੈਕਟੀਰੀਆ ਵਿੱਚ ਛੋਟੀਆਂ ਥੈਲੀਆਂ ਵਿੱਚ ਆਇਰਨ ਅਮੀਰ ਕਣ ਹੁੰਦੇ ਹਨ ਜੋ ਕੰਪਾਸ ਦੇ ਤੌਰ ਤੇ ਕੰਮ ਕਰਦੇ ਹਨ। ਮੈਗਨੇਟਾਈਟ ਜਾਂ ਗ੍ਰੇਗਾਈਟ ਦੇ ਛੋਟੇ ਕ੍ਰਿਸਟਲ ਬਣਾਉਂਦੇ ਹਨ। ਇਹ ਕ੍ਰਿਸਟਲ ਉਹਨਾਂ ਨੂੰ ਪਾਣੀ ਵਿੱਚ ਆਕਸੀਜਨ ਦੇ ਪੱਧਰ ਨੂੰ ਬਦਲਣ ਵਿੱਚ ਮਦਦ ਕਰਦੇ ਹਨ। ਇਹ ਰੋਗਾਣੂ ਧਰਤੀ ਦੇ ਸਭ ਤੋਂ ਪੁਰਾਣੇ ਵਸਨੀਕਾਂ ਵਿੱਚੋਂ ਮੰਨੇ ਜਾਂਦੇ ਹਨ। ਨੰਬਰ 9,
ਵਿੱਚ ਮਿਨਿਸਟਰੀ ਰੀਸੈਂਟਲੀ ਲਾਂਚਡ SIMS 2.0 ਦਾ ਅਪਗ੍ਰੇਡਡ ਸਟੀਲ ਇੰਪੋਰਟ ਮੋਨੀਟਰਿੰਗ ਸਿਸਟਮ ਕਿਸ ਮੰਤਰਾਲਾ ਨੇ ਹਾਲ ਹੀ ਵਿੱਚ SIMS 2.0 ਅਪਗ੍ਰੇਡ ਸਟੀਲ ਇੰਪੋਰਟ ਮਾਨੀਟਰਿੰਗ ਸਿਸਟਮ ਲਾਂਚ ਕੀਤਾ? ਇਸਦਾ ਉੱਤਰ ਹੈ ਮਿਨਿਸਟਰੀ ਆਫ ਸਟੀਲ, ਸਟੀਲ ਮੰਤਰਾਲਾ। ਸਟੀਲ ਮੰਤਰਾਲੇ ਨੇ ਸਟੀਲ ਇੰਪੋਰਟ ਮਾਨੀਟਰਿੰਗ ਸਿਸਟਮ SIMS 2.0 ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਇਕਸਾਰ ਅਤੇ ਪ੍ਰਮਾਣਿਕ ਡਾਟਾ ਲਈ ਇੱਕ ਮਜ਼ਬੂਤ ਡਾਟਾ ਐਂਟਰੀ ਸਿਸਟਮ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਨੇ ਸੁਰੱਖਿਆ ਮਾਪਦੰਡਾਂ ਨੂੰ ਵਧਾਉਣ ਅਤੇ ਹਾਦਸਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਆਇਰਨ ਅਤੇ ਸਟੀਲ ਸੈਕਟਰ ਲਈ ਸੇਫਟੀ ਗਾਈਡਲਾਈਨਸ ਦਾ ਦੂਜਾ ਭਾਗ ਜਾਰੀ ਕੀਤਾ। SIMS 2019 ਵਿੱਚ ਪੇਸ਼ ਕੀਤਾ ਗਿਆ ਵਿਸਤ੍ਰਿਤ ਸਟੀਲ ਆਯਾਤ ਡਾਟਾ ਪ੍ਰਦਾਨ ਕਰਦਾ ਹੈ, ਨੀਤੀ ਬਣਾਉਣ ਅਤੇ ਉਦਯੋਗ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ। SIMS 2.0 API ਏਕੀਕਰਨ ਅਤੇ ਡਾਟਾਬੇਸ ਕਨੈਕਸ਼ਨਾਂ ਦੇ ਨਾਲ ਗੁਣਵੱਤਾ ਨਿਯੰਤਰਣ, ਜੋਖਮ ਪ੍ਰਬੰਧਨ ਅਤੇ ਸਟੀਲ ਆਯਾਤ ਦੇ ਕਸਟਮ ਦੇ ਵਿਸ਼ਲੇਸ਼ਣ ਵਿੱਚ ਸੁਧਾਰ ਕਰਦਾ ਹੈ, ਜਿਸ ਨਾਲ ਘਰੇਲੂ ਸਟੀਲ ਉਦਯੋਗ ਨੂੰ ਫਾਇਦਾ ਹੁੰਦਾ ਹੈ। ਨੰਬਰ 10 ਵਿੱਚ ਆਰਗੇਨਾਈਜੇਸ਼ਨ ਰੀਸੈਂਟਲੀ ਰਿਸੀਵਡ ਅਪਰੂਵਲ ਆਫ ਫੰਡਿੰਗ ਆਫ US$215.6 million ਫਰੋਮ ਦਾ ਗ੍ਰੀਨ ਕਲਾਈਮੇਟ ਫੰਡ ਫੋਰ ਫਾਈਨੈਂਸਿੰਗ ਮਿਟੀਗੇਸ਼ਨ ਐਂਡ ਅਡਾਪਸ਼ਨ ਪ੍ਰੋਜੈਕਟਸ। ਕਿਸ ਸੰਸਥਾ ਨੇ ਹਾਲ ਹੀ ਵਿੱਚ ਫਾਈਨੈਂਸਿੰਗ, ਮਿਟੀਗੇਸ਼ਨ ਅਤੇ ਅਡੈਪਸ਼ਨ ਪ੍ਰੋਜੈਕਟਾਂ ਲਈ ਗ੍ਰੀਨ ਕਲਾਈਮੇਟ ਫੰਡ ਤੋਂ US$215.6 million ਦੀ ਫੰਡਿੰਗ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ? ਇਸਦਾ ਉੱਤਰ ਹੈ SIDBI, ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ। SIDBI ਨੇ ਫਾਈਨੈਂਸਿੰਗ, ਮਿਟੀਗੇਸ਼ਨ ਐਂਡ ਅਡੈਪਸ਼ਨ ਪ੍ਰੋਜੈਕਟਾਂ FMAP ਲਈ ਗ੍ਰੀਨ ਕਲਾਈਮੇਟ ਫੰਡ GCF ਤੋਂ US$215.6 million ਪ੍ਰਾਪਤ ਕੀਤੇ ਹਨ। GCF ਵਿਸ਼ਵ ਦਾ ਸਭ ਤੋਂ ਵੱਡਾ ਸਮਰਪਿਤ ਜਲਵਾਯੂ ਫੰਡ 2010 ਵਿੱਚ COP 16 ਵਿਖੇ ਸਥਾਪਿਤ ਕੀਤਾ ਗਿਆ ਸੀ ਅਤੇ UNFCCC ਅਧੀਨ ਕੰਮ ਕਰਦਾ ਹੈ। ਇਹ ਲਚਕਦਾਰ ਵਿੱਤੀ ਹੱਲਾਂ ਦੀ ਵਰਤੋਂ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਵਿੱਚ ਪਰਿਵਰਤਨਸ਼ੀਲ ਜਲਵਾਯੂ ਕਾਰਵਾਈ ਦਾ ਸਮਰਥਨ ਕਰਦਾ ਹੈ। FMAP 35.3 million ton ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਟੀਚਾ ਰੱਖਣ ਵਾਲੇ ਘੱਟ ਨਿਕਾਸ ਵਾਲੀਆਂ ਜਲਵਾਯੂ ਅਨੁਕੂਲਣ ਤਕਨਾਲੋਜੀਆਂ ਲਈ MSMES ਨੂੰ ਲਗਭਗ 10,000 ਰਿਆਇਤੀ ਕਰਜ਼ੇ ਪ੍ਰਦਾਨ ਕਰੇਗਾ। ਅਵਾਨਾ ਸਸਟੇਨੇਬਿਲਟੀ ਫੰਡ ਤੋਂ ਬਾਅਦ ਇਹ SIDBI ਦਾ ਦੂਜਾ GCF ਪ੍ਰਵਾਨਿਤ ਪ੍ਰੋਜੈਕਟ ਹੈ। ਸਾਥੀਓ, ਮੇਰੇ ਚੈਨਲ 'ਤੇ ਇਹ ਵੀਡੀਓ ਕਰੰਟ ਅਫੇਅਰ ਵਾਲੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਤਾਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬੈਲ ਆਈਕਨ ਦਾ ਬਟਨ ਵੀ ਨੱਪ ਦਿਓ ਅਤੇ ਸ਼ੇਅਰ ਵੀ ਵੱਧ ਤੋਂ ਵੱਧ ਕਰੇ ਕਿ ਤਾਂ ਕਿ ਹਰੇਕ ਨੂੰ ਇਸ ਦਾ ਫਾਇਦਾ ਮਿਲ ਸਕੇ। ਸਾਥੀਓ, ਮੈਂ ਤੁਹਾਨੂੰ ਇਹ ਜਿਹੜੇ ਕੁਐਸਚਨ ਆ ਐਕਸਪਲੇਨ ਕਰਕੇ ਦੱਸਦਾ, ਇਸੇ ਕਰਕੇ ਵੀਡੀਓ ਦੇ ਇੱਕ ਇੱਕ ਕੁਐਸਚਨ ਨੂੰ, ਇੱਕ ਇੱਕ ਪ੍ਰਸ਼ਨ ਨੂੰ ਧਿਆਨ ਨਾਲ ਸੁਣੋ
ਉਹਦੇ ਵਿੱਚੋਂ ਹੀ ਬਹੁਤ ਸਾਰੇ ਪ੍ਰਸ਼ਨ ਨਿਕਲ ਆਉਣਗੇ, ਇਸ ਕਰਕੇ ਬਹੁਤ ਸਾਰੇ ਆਂਸਰ ਇਹਦੇ ਵਿੱਚੋਂ ਤੁਹਾਡੇ ਹੱਲ ਹੋ ਜਾਣਗੇ। ਇਸ ਕਰਕੇ ਧਿਆਨ ਨਾਲ ਇਸ ਵੀਡੀਓ ਨੂੰ ਸੁਣੋ ਅਤੇ ਸੁਣ ਕੇ ਆਪਣਾ ਫਾਇਦਾ ਜ਼ਰੂਰ ਕਰੋ ਅਤੇ ਅੱਗੇ ਸ਼ੇਅਰ ਕਰਕੇ ਅਗਲੇ ਦਾ ਵੀ ਫਾਇਦਾ ਕਰੋ। ਸਾਥੀਓ ਆਓ ਕਰਦੇ ਹਾਂ ਆਪਾਂ ਅਗਲੇ ਪ੍ਰਸ਼ਨ ਉੱਤਰ, ਕਰੰਟ ਅਫੇਅਰ ਦੇ ਜੁਲਾਈ ਦੇ ਆਪਾਂ ਕਰੰਟ ਅਫੇਅਰ ਕਰ ਰਹੇ ਹਾਂ। ਨੰਬਰ 11, ਰੀਸੈਂਟਲੀ ਇੰਡੀਆ ਸਾਈਨਡ ਏ ਕਲਚਰਲ ਪ੍ਰੋਪਰਟੀ ਐਗਰੀਮੈਂਟ ਵਿਦ ਵਿੱਚ ਕੰਟਰੀ ਟੂ ਪ੍ਰੀਵੈਂਟ ਐਂਡ ਕਰਬ ਦਾ ਇਲਸਿਟ ਟ੍ਰੈਫਿਕਿੰਗ ਆਫ ਐਂਟੀਕਿਊਟੀਜ਼। ਹਾਲ ਹੀ ਵਿੱਚ ਭਾਰਤ ਨੇ ਪੁਰਾਤਨ ਵਸਤੂਆਂ ਦੀ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਅਤੇ ਰੋਕਣ ਲਈ ਕਿਸ ਦੇਸ਼ ਨਾਲ ਸੱਭਿਆਚਾਰਕ ਸੰਪੱਤੀ ਸਮਝੌਤਾ 'ਤੇ ਦਸਤਖਤ ਕੀਤੇ ਹਨ? ਇਸਦਾ ਉੱਤਰ ਹੈ USA। ਅਮਰੀਕਾ 26 ਜੁਲਾਈ 2024 ਨੂੰ ਭਾਰਤ ਅਤੇ ਅਮਰੀਕਾ ਨੇ ਪੁਰਾਤਨ ਵਸਤੂਆਂ ਦੀ ਨਜਾਇਜ਼ ਤਸਕਰੀ ਦਾ ਮੁਕਾਬਲਾ ਕਰਨ ਲਈ ਆਪਣੇ ਪਹਿਲੇ ਸੱਭਿਆਚਾਰਕ ਸੰਪੱਤੀ ਸਮਝੌਤੇ CPA 'ਤੇ ਦਸਤਖਤ ਕੀਤੇ। ਨਵੀਂ ਦਿੱਲੀ ਵਿੱਚ ਵਿਸ਼ਵ ਵਿਰਾਸਤ ਕਮੇਟੀ ਵਿੱਚ ਸ਼੍ਰੀ ਗੋਵਿੰਦ ਮੋਹਨ ਅਤੇ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਦੁਆਰਾ ਹਸਤਾਖਰ ਕੀਤੇ ਗਏ। ਇਹ ਸਮਝੌਤਾ 1970 ਦੇ ਯੂਨੈਸਕੋ ਕਨਵੈਨਸ਼ਨ ਨਾਲ ਮੇਲ ਖਾਂਦਾ ਹੈ। CPA ਦਾ ਉਦੇਸ਼ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨਾ ਅਤੇ ਤਸਕਰੀ ਦੀਆਂ ਕਲਾਕ੍ਰਿਤੀਆਂ ਨੂੰ ਵਾਪਸ ਕਰਨਾ ਹੈ। ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧੀਨ ਭਾਰਤ ਦੇ ਸਰਗਰਮ ਯਤਨਾਂ ਨੂੰ ਉਜਾਗਰ ਕੀਤਾ। ਨੋਟ ਕੀਤਾ ਕਿ 1976 ਤੋਂ ਲੈ ਕੇ 358 ਪੁਰਾਤਨ ਅਵਸਥਾ ਵਾਪਸ ਭੇਜੀਆਂ ਹਨ, 2014 ਤੋਂ 345 ਵਾਪਸ ਕੀਤੀਆਂ ਗਈਆਂ ਹਨ। ਨੰਬਰ 12, ਰੀਸੈਂਟਲੀ ਵਿੱਚ ਕੰਟਰੀ ਹੈਜ ਪਾਸਡ ਇਟਸ ਫਸਟ ਕਲਾਈਮੇਟ ਚੇਂਜ ਐਕਟ ਏ ਸਵੀਪਿੰਗ ਲਾ ਦੈਟ ਵਿਲ ਸੈੱਟ ਲਿਮਿਟਸ ਫੋਰ ਬਿਗ ਗ੍ਰੀਨ ਹਾਊਸ ਗੈਸ ਅਮੀਟਰਸ। ਹਾਲ ਹੀ ਵਿੱਚ ਕਿਸ ਦੇਸ਼ ਨੇ ਆਪਣਾ ਪਹਿਲਾ ਜਲਵਾਯੂ ਪਰਿਵਰਤਨ ਐਕਟ ਪਾਸ ਕੀਤਾ ਹੈ? ਇੱਕ ਵਿਆਪਕ ਕਾਨੂੰਨ ਜੋ ਵੱਡੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸੀ ਸੀਮਾਵਾਂ ਲਈ ਨਿਰਧਾਰਿਤ ਕਰੇਗਾ। ਇਸਦਾ ਉੱਤਰ ਹੈ ਸਾਊਥ ਅਫਰੀਕਾ। ਦੱਖਣੀ ਅਫਰੀਕਾ ਨੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਨਿਯੰਤਰਿਤ ਕਰਨ ਲਈ ਆਪਣਾ ਪਹਿਲਾ ਜਲਵਾਯੂ ਪਰਿਵਰਤਨ ਐਕਟ ਬਣਾਇਆ ਹੈ। ਪੈਰਿਸ ਜਲਵਾਯੂ ਸਮਝੌਤੇ ਦੇ ਨਾਲ ਆਪਣੇ ਯਤਨਾਂ ਨੂੰ ਇਕਸਾਰ ਕੀਤਾ ਹੈ। ਕਾਨੂੰਨ ਮੁੱਖ ਪ੍ਰਦੂਸ਼ਕਾਂ ਲਈ ਨਿਕਾਸੀ ਸੀਮਾਵਾਂ ਨੂੰ ਲਾਜ਼ਮੀ ਕਰਦਾ ਹੈ ਅਤੇ ਜਲਵਾਯੂ ਤਬਦੀਲੀ ਨੂੰ ਹੱਲ ਕਰਨ ਲਈ ਸਥਾਨਕ ਰਣਨੀਤੀਆਂ ਦੀ ਲੋੜ ਹੈ। ਇੱਕ ਪ੍ਰਾਇਮਰੀ ਟੀਚਾ ਕੋਲੇ ਤੋਂ ਨਿਕਾਸ ਨੂੰ ਘਟਾਉਣਾ। ਦੱਖਣੀ ਅਫਰੀਕਾ ਦਾ ਮੁੱਖ ਊਰਜਾ ਸਰੋਤ ਇਸ ਨੂੰ ਚੋਟੀ ਦੇ ਕਾਰਬਨ ਡਾਈਆਕਸਾਈਡ ਨਿਕਾਸੀ ਕਰਨ ਵਾਲਿਆਂ ਵਿੱਚੋਂ ਇੱਕ ਬਣਾਉਂਦਾ ਹੈ। ਐਕਟ ਲਾਗੂ ਕਰਨ ਲਈ ਜ਼ਿੰਮੇਵਾਰ ਮੰਤਰਾਲਿਆਂ ਦੇ ਨਾਲ ਖੇਤੀਬਾੜੀ, ਆਵਾਜਾਈ ਅਤੇ ਉਦਯੋਗ ਵਰਗੇ ਪ੍ਰਮੁੱਖ ਖੇਤਰਾਂ ਲਈ ਨਿਕਾਸੀ ਟੀਚੇ ਸਥਾਪਿਤ ਕਰਦਾ ਹੈ। ਇਹ ਇੱਕ ਕਾਰਬਨ ਬਜਟ ਪ੍ਰਣਾਲੀ ਪੇਸ਼ ਕਰਦਾ ਹੈ ਜਿੱਥੇ ਵੱਡੇ ਨਿਕਾਸੀ ਕਰਨ ਵਾਲੇ ਵਾਧੂ ਕਾਰਬਨ ਟੈਕਸਾਂ ਦਾ ਸਾਹਮਣਾ ਕਰਦੇ ਹਨ ਜੇਕਰ ਉਹ ਨਿਰਧਾਰਿਤ ਸੀਮਾਵਾਂ ਤੋਂ ਵੱਧ ਜਾਂਦੇ ਹਨ। ਨੰਬਰ 13, ਇੰਡੀਆਜ਼ ਫਸਟ ਇੰਟੀਗ੍ਰੇਟਡ ਐਗਰੀ ਐਕਸਪੋਰਟ ਫੈਕਲਟੀ ਹੈਜ਼ ਰੀਸੈਂਟਲੀ ਬਿਨ ਅਪਰੂਵਡ ਫੋਰ ਵਿੱਚ ਪੋਰਟ। ਭਾਰਤ ਦੀ ਪਹਿਲੀ ਏਕੀਕ੍ਰਿਤ ਖੇਤੀ ਨਿਰਯਾਤ ਸਹੂਲਤ ਨੂੰ ਹਾਲ ਹੀ ਵਿੱਚ ਕਿਸ ਬੰਦਰਗਾਹ ਲਈ ਮਨਜ਼ੂਰੀ ਦਿੱਤੀ ਗਈ ਹੈ? ਇਸ ਦਾ ਉੱਤਰ ਹੈ ਜਵਾਹਰ ਲਾਲ ਨਹਿਰੂ ਪੋਰਟ।
ਜਵਾਹਰ ਲਾਲ ਨਹਿਰੂ ਪੋਰਟ ਬੰਦਰਗਾਹ ਜਿਹੜੀ ਭਾਰਤ ਦੀ ਪਹਿਲੀ ਏਕੀਕ੍ਰਿਤ ਖੇਤੀ ਨਿਰਯਾਤ ਸਹੂਲਤ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ 'ਤੇ ਸਥਾਪਿਤ ਕੀਤੀ ਜਾਵੇਗੀ, ਜਿਸ ਨਾਲ ਖੇਤੀਬਾੜੀ ਨਿਰਯਾਤ ਅਤੇ ਆਯਾਤ ਸਮਰੱਥਾਵਾਂ ਨੂੰ ਵਧਾਇਆ ਜਾਵੇਗਾ। ਬੰਦਰਗਾਹ ਮੰਤਰੀ ਸਰਬਾਨੰਦ ਸੈਨੋਵਾਲ ਨੇ 284 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਜਨਤਕ ਨਿੱਜੀ ਭਾਈਵਾਲੀ ਵਿੱਚ ਵਿਕਸਿਤ ਕਰਨ ਲਈ ਪ੍ਰਵਾਨਗੀ ਦਿੱਤੀ। ਇਸ ਸਹੂਲਤ ਦਾ ਉਦੇਸ਼ ਲੌਜਿਸਟਿਕਸ ਨੂੰ ਸੁਚਾਰੂ ਬਣਾਉਣਾ, ਬਰਬਾਦੀ ਨੂੰ ਘਟਾਉਣਾ ਅਤੇ ਖੇਤੀਬਾੜੀ ਉਤਪਾਦਾਂ ਲਈ ਬਿਹਤਰ ਕੀਮਤਾਂ ਪ੍ਰਦਾਨ ਕਰਨਾ ਹੈ। ਇਹ ਗੈਰ ਬਾਸਪਤੀ ਚਾਵਲ, ਮੱਕੀ ਮਸਾਲੇ, ਪਿਆਜ਼ ਅਤੇ ਕਣਕ ਵਰਗੀਆਂ ਮੁੱਖ ਵਸਤੂਆਂ ਦੇ ਨਿਰਯਾਤ ਦਾ ਸਮਰਥਨ ਕਰੇਗਾ। ਸੈਨੋਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਨੰਬਰ 14, ਵਾਟ ਇਜ਼ ਦਾ ਨੇਮ ਆਫ ਦਾ ਟਾਈਫੂਨ ਦੈਟ ਰੀਸੈਂਟਲੀ ਰੈਕਡ ਹੋਵੈਕ ਅਕਰੋਸ ਟਾਈਵਾਨ, ਦਾ ਫਿਲੀਪੀਨਸ ਐਂਡ ਪਾਰਟਸ ਆਫ ਦਾ ਸਾਊਥਰਨ ਚਾਈਨਾ? ਉਸ ਤੂਫਾਨ ਦਾ ਕੀ ਨਾਮ ਹੈ ਜਿਸ ਨੇ ਹਾਲ ਹੀ ਵਿੱਚ ਤਾਈਵਾਨ, ਫਿਲੀਪੀਨਸ ਅਤੇ ਦੱਖਣੀ ਪੂਰਬੀ ਚੀਨ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ ਸੀ? ਤਾਂ ਇਸ ਦਾ ਉੱਤਰ ਹੈ ਟਾਈਫੂਨ ਗੈਮੀ। ਟਾਈਫੂਨ ਗੈਮੀ ਹਾਲ ਹੀ ਵਿੱਚ ਟਾਈਫੂਨ ਗੈਮੀ ਨੇ ਤਾਈਵਾਨ, ਫਿਲੀਪੀਨਸ ਅਤੇ ਦੱਖਣੀ ਪੂਰਬੀ ਚੀਨ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ। ਭਾਰੀ ਮੀਂਹ ਕਾਰਨ ਮਨੀਲਾ ਖਾੜੀ ਵਿੱਚ 1.40 ਮਿਲੀਅਨ ਲੀਟਰ ਤੇਲ ਨਾਲ ਭਰਿਆ ਇੱਕ ਤੇਲ ਟੈਂਕਰ ਡੁੱਬ ਗਿਆ। ਤੇਲ ਦੇ ਛਿੱਟੇ ਜਿਵੇਂ ਕਿ ਉਦੋਂ ਵਾਪਰਦੇ ਹਨ ਜਦੋਂ ਆਵਾਜਾਈ, ਆਫਸ਼ੋਰ ਡ੍ਰਿਲਿੰਗ ਜਾਂ ਟੈਂਕਰ ਦੁਰਘਟਨਾਵਾਂ ਦੌਰਾਨ ਦੁਰਘਟਨਾਵਾਂ ਦੇ ਕਾਰਨ ਕੱਚੇ ਤੇਲ ਜਾਂ ਰਿਫਾਇੰਡ ਪੈਟਰੋਲੀਅਮ ਉਤਪਾਦਾਂ ਨੂੰ ਵਾਤਾਵਰਣ 'ਚ ਛੱਡਿਆ ਜਾਂਦਾ ਹੈ। ਇਸ ਫਲਾਅ ਵਾਤਾਵਰਣ ਪ੍ਰਣਾਲੀਆਂ ਅਤੇ ਮਨੁੱਖੀ ਭਾਈਚਾਰੇ ਦੇ ਗੰਭੀਰ ਅਤੇ ਲੰਬੇ ਸਮੇਂ ਲਈ ਪ੍ਰਭਾਵ ਪਾ ਸਕਦੇ ਹਨ। ਫੈਲਾਏ ਗਏ ਪਦਾਰਥਾਂ ਵਿੱਚ ਗੈਸੋਲੀਨ ਅਤੇ ਡੀਜ਼ਲ ਵਰਗੇ ਸ਼ੁੱਧ ਉਤਪਾਦ ਸ਼ਾਮਲ ਹੋ ਸਕਦੇ ਹਨ ਜੋ ਅਕਸਰ ਕੱਚੇ ਤੇਲ ਨਾਲੋਂ ਜ਼ਹਿਰੀਲੇ ਅਤੇ ਨੁਕਸਾਨਦੇਹ ਹੁੰਦੇ ਹਨ। ਨੰਬਰ 15, ਰੀਸੈਂਟਲੀ ਵਿੱਚ ਕੰਟਰੀ ਹੈਜ਼ ਅਜ਼ਿਊਮਡ ਦਾ ਚੇਅਰ ਆਫ ਏਸ਼ੀਅਨ ਡਿਜ਼ਾਸਟਰ ਪ੍ਰਪੇਅਰਡਨੈਸ ਸੈਂਟਰ APDC ਫੋਰ 2024-25। ਹਾਲ ਹੀ ਵਿੱਚ ਕਿਸ ਦੇਸ਼ ਨੇ 2024-25 ਲਈ ਏਸ਼ੀਅਨ ਡਿਜ਼ਾਸਟਰ ਪ੍ਰਪੇਅਰਡਨੈਸ ਸੈਂਟਰ APDC ਦੀ ਪ੍ਰਧਾਨਗੀ ਸੰਭਾਲੀ ਹੈ? ਤਾਂ ਇਸ ਦਾ ਉੱਤਰ ਹੈ ਇੰਡੀਆ। ਭਾਰਤ ਨੇ 25 ਜੁਲਾਈ 2024 ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਚੀਨ ਤੋਂ ਅਹੁਦਾ ਸੰਭਾਲਦੇ ਹੋਏ 2024-25 ਲਈ ਏਸ਼ੀਆ ਆਫਤ ਤਿਆਰੀ ਕੇਂਦਰ ADPC ਦੀ ਪ੍ਰਧਾਨਗੀ ਸੰਭਾਲੀ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਮੁਖੀ ਰਜਿੰਦਰ ਸਿੰਘ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਚੇਅਰਮੈਨ ਵਜੋਂ ਉਸ ਨੇ ADPC ਦੀ 5ਵੀਂ ਬੋਰਡ ਆਫ ਟਰੱਸਟੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। 1986 ਵਿੱਚ ਸਥਾਪਿਤ ADPC ਇੱਕ ਗੈਰ ਮੁਨਾਫਾ ਖੇਤਰੀ ਸੰਸਥਾ ਹੈ ਜੋ ਏਸ਼ੀਆ ਅਤੇ ਪ੍ਰਸ਼ਾਂਤ ਵਿੱਚ ਤਬਾਹੀ ਦੇ ਜੋਖਮ ਨੂੰ ਘਟਾਉਣ ਅਤੇ ਜਲਵਾਯੂ ਲਚਕੀਲੇਪਣ ਨੂੰ ਉਤਸ਼ਾਹਿਤ ਕਰਦੀ ਹੈ। ਇਹ ਕੁਦਰਤੀ ਖਤਰਿਆਂ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਸੰਬੋਧਿਤ ਕਰਦਾ ਹੈ। ਜਲਵਾਯੂ ਅਤੇ ਸ਼ਹਿਰੀ ਲਚਕਤਾ ਦੇ ਵਿਸ਼ਵ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ। ਸੰਸਥਾਪਕ ਮੈਂਬਰਾਂ ਵਿੱਚ ਚੀਨ, ਭਾਰਤ, ਨੇਪਾਲ, ਬੰਗਲਾਦੇਸ਼, ਕੰਬੋਡੀਆ, ਪਾਕਿਸਤਾਨ,
ਫਿਲੀਪੀਨਜ਼, ਸ੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ। ਨੰਬਰ 16, ਵਿਚ ਡੇ ਇਜ਼ ਅਬਜ਼ਰਵਡ ਐਜ ਇੰਟਰਨੈਸ਼ਨਲ ਟਾਈਗਰ ਡੇ ਐਵਰੀ ਈਅਰ? ਹਰ ਸਾਲ ਕਿਸ ਦਿਨ ਨੂੰ ਅੰਤਰਰਾਸ਼ਟਰੀ ਟਾਈਗਰ ਦਿਵਸ ਵਜੋਂ ਮਨਾਇਆ ਜਾਂਦਾ ਹੈ? ਇਸ ਦਾ ਉੱਤਰ ਹੈ 29 ਜੁਲਾਈ। ਅੰਤਰਰਾਸ਼ਟਰੀ ਟਾਈਗਰ ਦਿਵਸ 29 ਜੁਲਾਈ ਨੂੰ 2010 ਤੋਂ ਮਨਾਇਆ ਜਾਂਦਾ ਹੈ। ਗੈਰ ਕਾਨੂੰਨੀ ਸ਼ਿਕਾਰ ਅਤੇ ਨਿਵਾਸ ਸਥਾਨਾਂ ਦੀ ਤਬਾਹੀ ਕਾਰਨ ਬਾਘਾਂ ਦੁਆਰਾ ਦਰਪੇਸ਼ ਖਤਰਿਆਂ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਦਾ ਹੈ। ਇਸ ਦਿਨ ਦੀ ਸ਼ੁਰੂਆਤ 2010 ਵਿੱਚ ਸੇਂਟ ਪੀਟਰਸਬਰਗ, ਰੂਸ ਵਿੱਚ ਇੱਕ ਅੰਤਰਰਾਸ਼ਟਰੀ ਸੰਮੇਲਨ ਤੋਂ ਹੋਈ, ਜਿਸ ਵਿੱਚ ਭਾਰਤ ਸਮੇਤ ਬਾਘਾਂ ਦੀ ਮਹੱਤਵਪੂਰਨ ਆਬਾਦੀ ਵਾਲੇ 13 ਦੇਸ਼ਾਂ ਨੇ ਭਾਗ ਲਿਆ। ਸਿਖਰ ਸੰਮੇਲਨ ਦਾ ਉਦੇਸ਼ ਮਨੁੱਖੀ ਕਬਜ਼ਿਆਂ ਕਾਰਨ ਘਟ ਰਹੀ ਬਾਘਾਂ ਦੀ ਆਬਾਦੀ ਨੂੰ ਸੰਬੋਧਿਤ ਕਰਨਾ ਸੀ। 2022 ਤੱਕ ਜੰਗਲੀ ਬਾਘਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਲਈ TX2 ਟੀਚਾ ਲਾਂਚ ਕੀਤਾ ਗਿਆ ਸੀ। 2024 ਦੀ ਥੀਮ ਕਾਰਵਾਈ ਲਈ ਕਾਲ, ਖਤਰੇ ਵਿੱਚ ਪਏ ਬਾਘਾਂ ਨੂੰ ਬਚਾਉਣ ਲਈ ਵਿਸ਼ਵ ਵਿਆਪੀ ਯਤਨਾਂ ਦੀ ਲੋੜ 'ਤੇ ਜ਼ੋਰ ਦਿੰਦੀ ਹੈ। ਪਹਿਲਾ ਟਾਈਗਰ ਡੇ 29 ਜੁਲਾਈ 2010 ਨੂੰ ਮਨਾਇਆ ਗਿਆ ਸੀ। ਨੰਬਰ 17, ਵਿੱਚ ਸਾਊਥ ਈਸਟ ਏਸ਼ੀਅਨ ਕੰਟਰੀ ਹੈਜ਼ ਰੀਸੈਂਟਲੀ ਰਿਲੀਜ਼ਡ ਏ ਸਪੈਸ਼ਲ ਸਟੈਂਪ ਸੈੱਟ ਦੈਟ ਇਨਕਲੂਡਸ ਏ ਸਟੈਂਪ ਔਨ ਲਾਰਡ ਰਾਮਾ ਆਫ ਅਯੋਧਿਆ? ਕਿਸ ਦੱਖਣੀ ਪੂਰਬੀ ਏਸ਼ੀਆਈ ਦੇਸ਼ ਨੇ ਹਾਲ ਹੀ ਵਿੱਚ ਅਯੋਧਿਆ ਦੇ ਭਗਵਾਨ ਰਾਮ 'ਤੇ ਇੱਕ ਸਟੈਂਪ ਸਮੇਤ ਇੱਕ ਵਿਸ਼ੇਸ਼ ਸਟੈਂਪ ਸੈੱਟ ਜਾਰੀ ਕੀਤਾ ਹੈ? ਇਸ ਦਾ ਉੱਤਰ ਹੈ ਲਾਓਸ। 25 ਤੋਂ 27 ਜੁਲਾਈ 2024 ਤੱਕ ਲਾਓਸ ਦੇ ਵਿਐਂਟੇਨ ਦੌਰੇ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਯੋਧਿਆ ਦੇ ਰਾਮ ਲੱਲਾ ਦੀ ਪਹਿਲੀ ਡਾਕ ਟਿਕਟ ਦਾ ਉਦਘਾਟਨ ਕੀਤਾ। ਇਹ ਘਟਨਾ ਆਸ਼ੀਅਨ ਨਾਲ ਸੰਬੰਧਿਤ ਵਿਦੇਸ਼ ਮੰਤਰੀਆਂ ਦੀਆਂ ਮੀਟਿੰਗਾਂ ਦੌਰਾਨ ਹੋਈ। ਜੈਸ਼ੰਕਰ ਲਾਓਸ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਲੈ ਮੈਸਕੇ ਕੋਮਾਸਿਤ ਦੇ ਨਾਲ ਲਾਓ PDR ਅਤੇ ਭਾਰਤ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਵਿਸ਼ੇ ਵਾਲੇ ਡਾਕ ਟਿਕਟਾਂ ਦੇ 2 ਸੈੱਟ ਜਾਰੀ ਕੀਤੇ। ਇੱਕ ਸਟੈਂਪ ਸੈੱਟ ਵਿੱਚ ਅਯੋਧਿਆ ਤੋਂ ਰਾਮ ਲੱਲਾ ਦੀ ਮੂਰਤੀ ਨੂੰ ਦਰਸਾਇਆ ਗਿਆ ਸੀ, ਜਦੋਂ ਕਿ ਦੂਜੇ ਵਿੱਚ ਲਾਓਸ ਦੀ ਪ੍ਰਾਚੀਨ ਰਾਜਧਾਨੀ ਲੁਆਂਗ ਪ੍ਰਬਾਂਗ ਤੋਂ ਭਗਵਾਨ ਬੁੱਧ ਦੀ ਯਾਦ ਵਿੱਚ ਕੀਤੀ ਗਈ ਸੀ। ਹਾਲਾਂਕਿ ਮੁੱਖ ਤੌਰ 'ਤੇ ਬੋਧੀ ਲਾਓਸ ਦੀ ਸੰਸਕ੍ਰਿਤੀ ਹਿੰਦੂ ਧਰਮ ਤੋਂ ਪ੍ਰਭਾਵਿਤ ਹੈ, ਜਿਸ ਵਿੱਚ ਰਮਾਇਣ ਵੀ ਸ਼ਾਮਲ ਹੈ, ਜਿਸ ਨੂੰ ਸਥਾਨਕ ਤੌਰ 'ਤੇ ਰਾਮਾਕੀਨ ਵਜੋਂ ਜਾਣਿਆ ਜਾਂਦਾ ਹੈ। ਨੰਬਰ 18, ਰੀਸੈਂਟਲੀ ਹੂ ਬਿਕਮ ਫਸਟ ਇੰਡੀਅਨ ਵੂਮੈਨ ਟੂ ਵਿਨ ਏ ਓਲੰਪਿਕ ਮੈਡਲ ਇਨ ਸ਼ੂਟਿੰਗ ਵਿਦ ਏ ਬਰਾਉਨਜ਼ ਐਟ ਪੈਰਿਸ? ਹਾਲ ਹੀ ਵਿੱਚ ਪੈਰਿਸ ਵਿੱਚ ਕਾਂਸੀ ਦੇ ਨਾਲ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਬਣੀ? ਇਸ ਦਾ ਉੱਤਰ ਹੈ ਮਨੂ ਭਾਕਰ। ਹਰਿਆਣਾ ਦੀ ਮਨੂ ਭਾਕਰ ਨੇ 28 ਜੁਲਾਈ 2024 ਨੂੰ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੈਰਿਸ ਵਿੱਚ 33ਵੇਂ ਸਮਰ ਓਲੰਪਿਕ ਵਿੱਚ ਭਾਰਤ ਦਾ ਤਗਮਾ ਜਿੱਤ ਕੇ ਖਾਤਾ ਖੋਲ੍ਹਿਆ। ਉਹ ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ੀ ਬਣ ਗਈ। 26 ਜੁਲਾਈ ਤੋਂ 11 ਅਗਸਤ 2024 ਤੱਕ ਆਯੋਜਿਤ ਪੈਰਿਸ ਓਲੰਪਿਕ ਵਿੱਚ 32 ਖੇਡਾਂ ਹਨ, ਜਿਸ ਵਿੱਚ ਭਾਰਤ 16 ਵਿਸ਼ਿਆਂ ਵਿੱਚ ਹਿੱਸਾ ਲੈ ਰਿਹਾ ਹੈ। 22 ਸਾਲਾ ਭਾਕਰ ਨੇ 8 ਔਰਤਾਂ ਦੇ ਫਾਈਨਲ ਵਿੱਚ 221.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ ਦੇ ਓ ਯੇ ਜਿਨ
ਨੇ 올림픽 ਵਿੱਚ ਸੋਨ ਤਗਮਾ ਜਿੱਤਿਆ। ਨੰਬਰ 19 ਰੀਸੈਂਟਲੀ ਵਿੱਚ ਕੰਟਰੀ ਸਿਕਿਉਰਡ देयर ਫਸਟ ਵੂਮਨ ਏਸ਼ੀਆ ਕੱਪ ਟਾਈਟਲ। ਹਾਲ ਹੀ ਵਿੱਚ ਕਿਸ ਦੇਸ਼ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਹਾਸਲ ਕੀਤਾ? ਜਿਸ ਦਾ ਉੱਤਰ ਹੈ ਸ਼੍ਰੀਲੰਕਾ। ਮੇਜ਼ਬਾਨ ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਨੇ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੂੰ ਹਰਾ ਕੇ ਆਪਣਾ ਪਹਿਲਾ ਮਹਿਲਾ ਕ੍ਰਿਕਟ ਏਸ਼ੀਆ ਕੱਪ ਜਿੱਤ ਲਿਆ। 28 ਜੁਲਾਈ 2024 ਨੂੰ ਸ਼੍ਰੀਲੰਕਾ ਦੇ ਦਾਂਬਲਾ ਦੇ ਰੰਗੀਰੀ ਦਾਂਬਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੋਏ 9ਵੇਂ ਮਹਿਲਾ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਨੂੰ 8 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾਇਆ। ਭਾਰਤ 7 ਵਾਰ ਅਤੇ ਬੰਗਲਾਦੇਸ਼ 1 ਵਾਰ ਤੋਂ ਬਾਅਦ ਸ਼੍ਰੀਲੰਕਾ ਮਹਿਲਾ ਕ੍ਰਿਕਟ ਏਸ਼ੀਆ ਕੱਪ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਸਾਰੇ ਮੈਚ ਦਾਂਬਲਾ ਵਿੱਚ ਖੇਡੇ ਗਏ। ਸੈਮੀਫਾਈਨਲ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ ਅਤੇ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਨੰਬਰ 20 ਵਾਟ ਇਜ਼ ਦਾ ਮੇਨ ਆਬਜੈਕਟਿਵ ਆਫ ਇੰਟੀਗ੍ਰੇਟਿਡ ਡਿਸੀਜ ਸਰਵੇਲੈਂਸ ਪ੍ਰੋਗਰਾਮ IDSP ਰੀਸੈਂਟਲੀ ਸੀਨ ਇਨ ਨਿਊਜ਼। ਇੰਟੀਗ੍ਰੇਟਿਡ ਡਿਸੀਜ ਸਰਵੇਲੈਂਸ ਪ੍ਰੋਗਰਾਮ IDSP ਦਾ ਮੁੱਖ ਉਦੇਸ਼ ਕੀ ਹੈ? ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਹੈ। ਇਸ ਦਾ ਉੱਤਰ ਹੈ ਟੂ ਸਟਰੈਂਥ ਐਂਡ ਮੈਂਟੇਨ ਡਿਸੈਂਟਰਲਾਈਜ ਲੈਬੋਰਟਰੀ ਬੇਸਡ IT ਅਨੇਬਲਡ ਡਿਸੀਜ ਸਰਵੇਲੈਂਸ ਸਿਸਟਮ। ਇੱਕ ਵਿਕੇਂਦਰੀਕ੍ਰਿਤ ਪ੍ਰਯੋਗਸ਼ਾਲਾ ਆਧਾਰਿਤ IT ਸਮਰੱਥ ਬਿਮਾਰੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਬਣਾਈ ਰੱਖਣ ਲਈ ਪਿਛਲੇ ਸਾਲ ਇੰਟੀਗ੍ਰੇਟਿਡ ਡਿਸੀਜ ਸਰਵੇਲੈਂਸ ਪ੍ਰੋਗਰਾਮ IDSP ਨੂੰ 1,862 ਬਿਮਾਰੀਆਂ ਦੇ ਫੈਲਣ ਦੀ ਰਿਪੋਰਟ ਕੀਤੀ ਗਈ ਸੀ, ਜਿਸ ਵਿੱਚ ਕੇਰਲ ਵਿੱਚ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਸੀ। IDSP ਨਵੰਬਰ 2004 ਵਿੱਚ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ। ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਇੱਕ ਵਿਕੇਂਦਰੀਕ੍ਰਿਤ ਰਾਜ ਆਧਾਰਿਤ ਪ੍ਰੋਗਰਾਮ ਹੈ। ਇਸ ਦੇ ਉਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਰੈਪਿਡ ਰਿਸਪਾਂਸ ਟੀਮਾਂ RRTS ਦੁਆਰਾ ਬਿਮਾਰੀਆਂ ਦੇ ਰੋਜ਼ਾਨਾ ਦੀ ਨਿਗਰਾਨੀ ਕਰਨਾ ਅਤੇ ਫੈਲਣ ਦਾ ਜਵਾਬ ਦੇਣਾ ਸ਼ਾਮਲ ਹੈ। ਪ੍ਰੋਗਰਾਮ ਕੇਂਦਰੀ ਰਾਜ ਅਤੇ ਜ਼ਿਲ੍ਹੇ ਤੇ ਨਿਗਰਾਨੀ ਗਤੀਵਿਧੀਆਂ ਨੂੰ ਏਕੀਕ੍ਰਿਤ ਕਰਦਾ ਹੈ। ਨੰਬਰ 21 ਵਾਟ ਇਜ਼ ਦਾ ਮੇਨ ਆਬਜੈਕਟਿਵ ਆਫ ਡਿਫੈਂਸ ਇਕਵਿਜ਼ਨ ਕੌਂਸਲ DAC ਰੀਸੈਂਟਲੀ ਸੀਨ ਇਨ ਨਿਊਜ਼। ਹਾਲ ਹੀ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਰੱਖਿਆ ਪ੍ਰਾਪਤੀ ਪ੍ਰੀਸ਼ਦ DAC ਦਾ ਮੁੱਖ ਉਦੇਸ਼ ਕੀ ਹੈ? ਇਸ ਦਾ ਉੱਤਰ ਹੈ ਟੂ ਇਨਸ਼ੋਰ ਐਕਸਪੀਟੀਸ਼ੀਅਸ ਪ੍ਰੋਕਰੋਮੈਂਟ ਆਫ ਦਾ ਅਪਰੂਵਡ ਰਿਕੁਆਇਰਮੈਂਟਸ ਆਫ ਦਾ ਆਰਮਡ ਫੋਰਸ। ਹਥਿਆਰਬੰਦ ਬਲਾਂ ਦੀ ਪ੍ਰਵਾਨਿਤ ਲੋੜਾਂ ਦੀ ਤੇਜ਼ੀ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਡਿਫੈਂਸ ਐਕਵੀਜ਼ਨ ਕੌਂਸਲ DAC ਨੇ ਜਨਰਲ ਆਟੋਮਿਕਸ ਤੋਂ 31MQ-9B ਹਾਈ ਐਲਟੀਟਿਊਡ ਲੌਂਗ ਐਂਡੂਰੈਂਸ UAV ਲਈ ਇੱਕ ਸੌਦੇ ਵਿੱਚ ਸੌਦਾ ਨੂੰ ਮਨਜ਼ੂਰੀ ਦਿੱਤੀ ਗਈ। DAC ਦੀ ਸਭ ਤੋਂ ਉੱਚੀ ਰੱਖਿਆ ਖਰੀਦ ਸੰਸਥਾ ਫੌਜੀ ਸਮਰੱਥਾਵਾਂ ਦੇ ਸਮੇਂ ਸਿਰ ਅਤੇ ਕੁਸ਼ਲ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਹੈ। 2001 ਵਿੱਚ ਕਾਰਗਿਲ ਯੁੱਧ ਤੋਂ ਬਾਅਦ ਬਣਾਈ ਗਈ। ਇਸ ਦੀ ਪ੍ਰਧਾਨਗੀ ਰੱਖਿਆ ਮੰਤਰੀ ਕਰਦੇ ਹਨ ਅਤੇ ਇਸ ਵਿੱਚ ਚੀਫ ਆਫ ਡਿਫੈਂਸ ਸਟਾਫ ਦੇ ਜਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀ ਸ਼ਾਮਲ ਹੁੰਦੇ ਹਨ। ਨੰਬਰ 22 ਰੀਸੈਂਟਲੀ ਵਿੱਚ ਇੰਡੀਅਨ ਬਿਕਮ ਦਾ ਯੰਗੈਸਟ ਪੈਰਾ ਸਵਿਮਰ ਇਨ ਦਾ ਵਰਲਡ ਟੂ ਅਕਰੋਸ ਦਾ ਇੰਗਲਿਸ਼ ਚੈਨਲ।
ਹਾਲ ਹੀ ਵਿੱਚ ਕਿਹੜਾ ਭਾਰਤੀ ਇੰਗਲਿਸ਼ ਚੈਨਲ ਪਾਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪੈਰਾ ਤੈਰਾਕ ਬਣਿਆ? ਤਾਂ ਇਸ ਦਾ ਉੱਤਰ ਹੈ ਜੀਆ ਰਾਏ। ਮੁੰਬਈ ਦੀ 16 ਸਾਲਾ ਜੀਆ ਰਾਏ 28-29 ਜੁਲਾਈ 2024 ਨੂੰ 17 ਘੰਟੇ 25 ਮਿੰਟਾਂ ਵਿੱਚ 34 ਕਿਲੋਮੀਟਰ ਤੈਰਾਕੀ ਕਰਕੇ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਸਭ ਤੋਂ ਛੋਟੀ ਅਤੇ ਸਭ ਤੋਂ ਤੇਜ਼ ਪੈਰਾ ਤੈਰਾਕ ਬਣ ਗਈ। ਜੀਆ, ਜਿਸ ਨੂੰ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਹੈ, ਭਾਰਤੀ ਜਲ ਸੈਨਾ ਦੀ ਇੱਕ ਕਰਮਚਾਰੀ ਦਾ ਪਾਕ ਸਟ੍ਰੇਟ ਪਾਰ ਕਰਨ ਦਾ ਰਿਕਾਰਡ ਵੀ ਹੈ। ਇੰਗਲਿਸ਼ ਚੈਨਲ ਇੰਗਲੈਂਡ ਨੂੰ ਫਰਾਂਸ ਤੋਂ ਵੱਖ ਕਰਦਾ ਹੈ। ਪਹਿਲੀ ਵਾਰ ਕੈਪਟਨ ਮੈਥਿਊ ਵੈਬ 1875 ਵਿੱਚ ਤੈਰਾਕੀ ਕੀਤੀ ਗਈ ਸੀ। ਨੰਬਰ 23, ਰੀਸੈਂਟਲੀ ਵਿੱਚ ਯੂਨੀਅਨ ਮਿਨਿਸਟਰ ਰਿਸੀਵਡ ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਫੋਰ ਦਾ ਕੰਟਰੀਬਿਊਸ਼ਨ ਆਫ ਦਾ ਡਾਇਬੇਟੋਲੋਜੀ। ਹਾਲ ਹੀ ਵਿੱਚ ਕਿਸ ਕੇਂਦਰੀ ਮੰਤਰੀ ਨੂੰ ਸ਼ੂਗਰ ਵਿਗਿਆਨ ਵਿੱਚ ਉਸਦੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਹੈ? ਇਸ ਦਾ ਉੱਤਰ ਹੈ ਜਤਿੰਦਰ ਸਿੰਘ। ਇੱਕ ਅੰਤਰਰਾਸ਼ਟਰੀ ਮੈਡੀਕਲ ਮੀਟਿੰਗ ਵਿੱਚ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੂੰ ਸ਼ੂਗਰ ਵਿਗਿਆਨ, ਸ਼ੂਗਰ ਦੀ ਦੇਖਭਾਲ ਅਤੇ ਖੋਜ ਵਿੱਚ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਪ੍ਰਾਪਤ ਹੋਇਆ, ਜਿਸ ਨੂੰ ਭਾਰਤ ਦੀ ਸਭ ਤੋਂ ਵੱਡੀ ਡਾਇਬਟੋਲੋਜਿਸਟ ਐਸੋਸੀਏਸ਼ਨ RSSDI ਦੇ ਲਾਈਫ ਟਾਈਮ ਸਰਪ੍ਰਸਤ ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ। ਨੰਬਰ 24, ਵਿੱਚ ਡਿਪਾਰਟਮੈਂਟ ਹੈਜ਼ ਰੀਸੈਂਟਲੀ ਲਾਂਚਡ 1DAE1 ਸਬਸਕ੍ਰਿਪਸ਼ਨ ਇਨੀਸ਼ੀਏਟਿਵ ਫੋਰ ਰਿਸਰਚ ਐਕਸੈਸ, ਖੋਜ ਲਈ ਕਿਸ ਵਿਭਾਗ ਨੇ ਹਾਲ ਹੀ ਵਿੱਚ 1DA1 ਸਬਸਕ੍ਰਿਪਸ਼ਨ ਪਹਿਲ ਸ਼ੁਰੂ ਕੀਤੀ ਹੈ? ਇਸ ਦਾ ਉੱਤਰ ਹੈ ਡਿਪਾਰਟਮੈਂਟ ਆਫ ਐਟੋਮਿਕ ਐਨਰਜੀ, ਪਰਮਾਣੂ ਊਰਜਾ ਵਿਭਾਗ। ਪਰਮਾਣੂ ਊਰਜਾ ਵਿਭਾਗ DAE ਨੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਵਿਦਿਆਰਥੀਆਂ ਲਈ ਹਜ਼ਾਰਾਂ ਖੋਜ ਪੱਤਰਾਂ ਅਤੇ ਰਸਾਲਿਆਂ ਤੱਕ ਪਹੁੰਚ ਪ੍ਰਦਾਨ ਕਰਦੇ ਹੋਏ 1DAE1 ਸਬਸਕ੍ਰਿਪਸ਼ਨ ODOS ਪਹਿਲਕਦਮੀ ਸ਼ੁਰੂ ਕੀਤੀ। ਇਹ ਕੋਸ਼ਿਸ਼ DAE ਦੀਆਂ 60 ਯੂਨਿਟਾਂ ਨੂੰ ਇੱਕ ਗਾਹਕੀ ਦੇ ਅਧੀਨ ਏਕੀਕ੍ਰਿਤ ਕਰਦੀ ਹੈ। ਵਿਲੇ ਅਤੇ ਸਪ੍ਰਿੰਗਰ ਨੇਚਰ ਤੋਂ 4000 ਤੋਂ ਵੱਧ ਰਸਾਲਿਆਂ ਤੱਕ ਪਹੁੰਚ ਪ੍ਰਾਪਤ ਕਰਦੀ ਹੈ। ਇਹ ਪਹਿਲਕਦਮੀ ਸਰਕਾਰ ਦੀ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ONOS ਯੋਜਨਾ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਾਰਤ ਵਿੱਚ ਖੋਜ ਅਤੇ ਨਵੀਨਤਾ ਨੂੰ ਤੇਜ਼ ਕਰਨਾ ਹੈ। ਨੰਬਰ 25, ਵਿੱਚ ਮਿਨਿਸਟਰੀ ਰੀਸੈਂਟਲੀ ਲਾਂਚਡ ਦਾ ਆਈਡੀਆ ਫੋਰ ਲਾਈਫ ਇਨੀਸ਼ੀਏਟਿਵ ਟੂ ਪ੍ਰਮੋਟ ਇਨਵਾਇਰਮੈਂਟਲ ਸਬਸਟੇਨੇਬਿਲਟੀ, ਵਾਤਾਵਰਨ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਕਿਸ ਮੰਤਰਾਲੇ ਨੇ ਹਾਲ ਹੀ ਵਿੱਚ ਆਈਡੀਆ ਫੋਰ ਲਾਈਫ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ? ਇਸ ਦਾ ਉੱਤਰ ਹੈ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ, ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ। ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ IIT ਦਿੱਲੀ ਵਿਖੇ ਆਈਡੀਆ ਫੋਰ ਲਾਈਫ ਪਹਿਲਕਦਮੀ ਦੀ ਸ਼ੁਰੂਆਤ ਕੀਤੀ, ਤਾਂ ਜੋ ਵਾਤਾਵਰਨ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੇ ਨਵੀਨਤਾਕਾਰੀ ਵਿਚਾਰਾਂ ਨੂੰ ਸੱਦਾ ਦਿੱਤਾ ਜਾ ਸਕੇ। ਆਈਡੀਆ ਫੋਰ ਲਾਈਫ ਪੋਰਟਲ ਪਾਣੀ ਦੀ ਬੱਚਤ ਅਤੇ ਰਹਿੰਦ ਖੂੰਹਦ ਨੂੰ ਘਟਾਉਣ ਵਰਗੇ ਵਿਸ਼ਿਆਂ 'ਤੇ ਵਿਚਾਰ ਇਕੱਠੇ ਕਰੇਗਾ। UGC ਅਤੇ ਯੂਨੀਸੈਫ ਵਰਗੀਆਂ ਸੰਸਥਾਵਾਂ ਦੁਆਰਾ ਸਮਰਪਿਤ ਪਹਿਲਕਦਮੀ ਦਾ ਉਦੇਸ਼ ਵਾਤਾਵਰਨ ਦੀ ਸਥਿਰਤਾ ਲਈ ਇੱਕ ਵਿਸ਼ਵ ਵਿਆਪੀ ਅੰਦੋਲਨ ਨੂੰ ਉਤਸ਼ਾਹਿਤ ਕਰਨਾ ਹੈ। ਸਾਥੀਓ, ਇਹ ਸੀ ਕਰੰਟ ਅਫੇਅਰ ਜੁਲਾਈ ਦੇ ਆਪਾਂ ਸਾਰੇ ਹਫ਼ਤਿਆਂ ਦੇ ਕਰੰਟ ਅਫੇਅਰ ਕਰ ਲਏ ਆ।
ਅੱਗੇ ਆਪਾਂ ਅਗਸਤ ਦੇ ਕਰੰਟ ਅਫੇਅਰ ਸ਼ੁਰੂ ਕਰਾਂਗੇ। ਧੰਨਵਾਦ ਸਾਥੀਓ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ।